ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਲਓ ਜੀ ਬਾਈ ਕੰਮ ਸ਼ੁਰੂ ਕਰਿਆ, ਅੱਜ ਘਰ ਤੋਂ ਅਰਦਾਸ ਕਰਾ ਕੇ ਮੱਥਾ ਟੇਕ ਕੇ ਆਪਾਂ ਤੁਰੇ ਸੀ ਤੇ ਰੱਬ ਨੇ ਤਾਂ ਬਾਕੀ ਜਾਨ ਜੀ ਕਰਤੀ ਦੀ। ਰਾਤ ਬਈ ਆ ਗਿਆ ਤਾਂ ਫਿਰ ਚੜ ਕੇ ਲੈ ਕੇ ਹਥਿਆਰ ਪਹੁੰਚ ਗਿਆ ਤਾ। ਰਾਤ ਤਾਂ ਸੱਚੀ 2-2:30 ਵਜੇ ਐਂ ਹੋ ਗਿਆ ਤਾ ਵੀ ਸਾਡਾ ਕਿਆ ਕਰੀਏ, ਕਿੱਥੇ ਕਿ ਲੁਕੋਲੀ ਜਾ ਗਈ ਸੀਗੀਆਂ। 2:30 ਵਜੇ ਆਇਆ, ਪੂਰਾ ਤਰੁਕਾ ਪਿਆ ਸਾਡੇ ਤਾਂ ਪਿੰਡ, ਇੰਨਾ ਜ਼ਬਰਦਸਤ ਜੀ ਪਿਆ। ਆਪਣੇ ਪਿੰਡ ਤੋਂ ਬਾਹਰ ਭੋਲੇ ਨੂੰ ਨਹੀਂ ਆਏ ਜੀ, ਨਹਿਰ ਜੀ ਦੀ ਰੋਡ ਟੱਪ ਕੇ ਅਤੇ ਇੱਥੇ ਡਿੱਗੇ ਝੋਨੇ 'ਚ ਅੱਜ ਲਾਈ ਹੈ। ਪਹਿਲਾ ਦਿਨ ਹੈ ਅਤੇ ਪਹਿਲੇ ਦਿਨ ਡਿੱਗੇ ਝੋਨੇ 'ਚ ਸ਼ੁਰੂਆਤ ਕਰੀ ਆਪਾਂ ਨੇ। ਅਤੇ ਸੋਨੀ ਬਾਈ ਵਿਆਹ 'ਚ ਗਿਆ ਵੈ, ਅੱਜੋ ਆਇਆ ਨਹੀਂ। ਮੈਂ ਜੱਸਾ ਚਾਹੀ ਅਤੇ ਦੀਪਾ 'ਚ ਅਸੀਂ ਤਿੰਨੇ ਪਹੁੰਚੇ ਹੋਏ ਹਾਂ ਅਤੇ ਬਹੁਤ ਸੋਹਣੀ ਵਰਕਿੰਗ ਚੱਲ ਰਹੀ ਹੈ ਫਿਲਹਾਲ। ਇੱਕ ਟੈਂਕ ਘੱਟਦਾ ਦਾਣਿਆਂ ਦਾ, ਬੀਜ ਬੜਾ ਪੋਲਾ ਜਾ, ਨਵੀਂ ਵਰਾਇਟੀ ਆ ਕੋਈ 73 ਕਿਲੋ ਪਤਾ ਨਹੀਂ ਕਿੰਨਾ ਸਮਥਿੰਗ ਕੁਝ, ਚਲੋ ਪੁੱਛਦੇ ਆਪਾਂ ਝਾੜ ਚੰਗਾ ਜੀ ਦਾ। ਬਿਲਕੁਲ ਧਰਤੀ ਨਾਲ ਲੱਗਿਆ ਹੋਇਆ, ਕੁਛ ਤੋਂ ਖੇਤ ਨਾਲ ਜਾਂਦੀ ਜਾਂਦੀ ਐਂ ਟੇਢੀ ਹੋ ਜਾਂਦੀ, ਕਿਤੇ ਐਂ ਟੇਢੀ ਹੋ ਜਾਂਦੀ ਹੈ। ਮੈਂ ਜੜਾਂ ਕੱਢੀਆਂ ਪਈਆਂ, ਦੇਖੀ ਪੜ੍ਹਾਈ ਚੈੱਕ ਕਰ। ਅੱਜ ਸਾਡੇ ਕੋਲ ਪ੍ਰੋਜੈਕਟ ਹੈਗਾ ਗਿਰੀ ਵੀ ਜੀਰੀ ਦਾ, ਜਮਾਂ ਹੀ ਦੇਖੋ ਧਰਤੀ ਦੇ ਨਾਲ ਲੱਗੀ ਹੋਈ ਆ। ਅੱਜ ਅਸੀਂ ਵੱਢਣੇ ਤਕਰੀਬਨ 6-7 ਕਿੱਲਿਆਂ ਦੇ ਗੇੜ, ਪਤਾ ਨਹੀਂ ਵੀ 5-6 ਕਿੱਲੇ ਇੰਨੇ ਕੁ ਹੈ, ਪਰ ਉਹ ਥੱਲੇ ਥਾਈਂ ਜਾਣਾ ਵੱਢਦੇ ਨੇ। ਵਿੱਚ ਖੱਤੇ ਨਰਮ ਵੀ ਹੈ, ਕੋਸ਼ਿਸ਼ ਇਹੀ ਰਹੂਗੀ ਵੀ ਚੱਕ ਲਈਏ ਜਿੰਨਾ ਹੈ ਨਾ ਨਿਬੜੀ ਜਾਵੇ ਨਾਲ, ਜਿਹੜੇ ਲਾਗਾਂ ਲੁੱਗਾਂ ਜੇ ਰਹਿ ਜਾਂਦੀਆਂ ਫਿਰ ਉਹ ਸਮੱਸਿਆ ਬਹੁਤ ਆਉਣੀ ਹੈ ਬਾਅਦ ਦੇ ਵਿੱਚ। ਉੱਪਰੋਂ ਸੀਜ਼ਨ ਦਾ ਤਾੜ ਮੱਚ ਜਾਂਦਾ ਅਤੇ ਫਿਰ ਉਹ ਲਾਗਾਂ ਜੀਆਂ ਬਹੁਤ ਤੰਗ ਕਰਦੀਆਂ, ਕਿ ਹਰੇਕ ਨੂੰ ਆਉਂਦਾ ਵੀ ਆਪਣੀ ਪਾ ਕੇ ਆਪਾਂ ਫਿਰ ਕਣਕ ਦੀ ਹੈ ਨਾ ਤਿਆਰੀ ਕਰੀਏ ਅੱਗੇ। ਕਿਹੜੀ ਹੈ 73-01 ਹੈ, ਕਿਹੜੀ ਜੀਰੀ ਆ ਇਹ? ਤਿਹੱਤਰ ਜੀਰੋ ਇੱਕ ਹੈ ਨਾ, 73-01 ਵਰਾਇਟੀ ਹੈ। ਗਾਣੇ ਦਿਖਾਈਏ ਆਪਾਂ, ਥੱਲੇ ਗਿਰੀ ਵੀ ਹੋਣ ਕਰਕੇ ਨਾ ਜਦ ਚੱਕਦੀਆਂ ਟੈਨਾਂ, ਜੇ ਹੌਲੀ ਕਰਦੇ ਰੀਲ ਨੂੰ ਫਿਰ ਸਾਡੇ ਚੱਕਦੀ ਨਹੀਂ, ਮਾਲ ਨਹੀਂ ਚੱਕਦਿਆ ਹੁੰਦਾ। ਜੇ ਥੋੜ੍ਹੀ ਜਿਹੀ ਸਪੀਡ ਰੱਖਦੇ ਹਾਂ, ਕਿਉਂਕਿ ਚੱਕਰਾਂ ਦੇ ਦੂਏ ਲੋਟ ਹੈ ਨਾ, ਚੇਂਜਰ ਪੁਲੀਆਂ ਲੱਗੀਆਂ ਵੀ ਆ ਇਹਦੇ, ਆਏ ਨਹੀਂ ਹੈ ਵੀ ਫਿਕਸ ਚੱਕਰ ਨਹੀਂ ਹੈ, ਵੱਧ ਘੱਟ ਜਿੰਨੇ ਮਰਜ਼ੀ ਕਰ ਲਓ। ਅਤੇ ਬੀਜ ਹੁਣ ਨਰਮੀ ਇੰਨਾ ਮਰਜ਼ੀ ਸੱਟ ਨਾਲ ਝੜ ਦਿੰਦਾ। ਅੱਛਾ ਰਹੀ ਗੱਲ ਵੀ ਲੇਬਰ ਲਾ ਲਈਏ, ਲੇਬਰ ਸਾਲੀ ਮਹਿੰਗੀ ਬਹੁਤ ਪੈਂਦੀ ਹੈ, ਲੇਬਰ ਜਾਂਦੀ ਹੈ ਵੀ 8,000-9,000 ਨੂੰ ਕਿੱਲਾ। ਅਤੇ ਪਰਾਲੀ ਦੀ ਸਮੱਸਿਆ, ਨਾ ਪਰਾਲੀ ਵਿਕਦੀ ਆ, ਹੁਣ ਐਂ ਪੰਗਾ ਪੈ ਜਾਂਦਾ। ਹੁਣ ਆਲੂ ਵਾਲਿਆਂ ਨੂੰ ਕਾਹਲੀ ਬਹੁਤ ਹੈ, ਚਲ ਇੰਨੀ ਇੰਨੀ ਵੀ ਤੁਰੀ ਜਾਂਦੀ ਹੈ ਮਸ਼ੀਨ, ਫਿਰ ਵੀ ਇਹਨੇ ਖਿੱਚਣਾ ਸ਼ਾਮ ਪਈ ਦਾ। ਦੁਪਹਿਰ ਤਾਂ 12 ਵਜੇ ਦਾ ਟਾਈਮ ਹੋ ਗਿਆ, ਥੋੜ੍ਹੀ ਜਿਹੀ ਉਸ ਤੋਂ ਬਾਅਦ ਹੀ ਲਾਈ ਹੈ। ਇਹਦਾ ਮਸ਼ੀਨ ਸਾਫ਼ ਵੀ ਨਹੀਂ ਕਰੀ, ਧੋਤੀ ਵੀ ਨਹੀਂ ਹੈ, ਟਾਈਮ ਨਹੀਂ ਲੱਗਿਆ ਕਿਉਂਕਿ ਸਪਰੇਅ ਕਰਨੀ ਸੀ ਅਸੀਂ ਨੇ ਅਗਲੇ ਦਿਨ। ਬਸ ਟਾਈਮ ਪੂਰਾ ਚਾਹੀਦਾ, ਆ ਕੇ ਫਲੈਟ ਬੈਲਟਾਂ ਚੜ੍ਹਾਈਆਂ ਸਾਰੀ, ਜਿਹੜੀ ਬੈਲਟ ਅਸੈਂਬਲੀ ਨੇ ਖੋਲੀਆਂ ਵੀ ਚਾਹੀਦੀਆਂ ਕਰਕੇ ਸੈਟਿੰਗ, ਫਿਰ ਅੱਜ ਹੁਣ ਤਾਂ ਪਹੁੰਚੇ। ਇਹਦੀ ਵੀ ਗਾਂ ਨੂੰ ਹੈਵਲ 'ਤੇ ਰੱਖ ਕੇ ਮੋਟਰ ਲਵਾ ਦੇਣੀ ਹੈ, ਹੈਵਲ ਸਾਰਾ ਖੜਕੇ ਹੀ ਬਹੁਤ ਕਰੀ ਜਾਂਦਾ, ਹਲੇ ਮੋਟਰ ਦੀ ਪੜ੍ਹਾਈ ਜ਼ਿਆਦਾ ਘੰਟੇ ਇਹਦੇ ਨਾਲੋਂ ਹੈਵਲ ਨਾਲੋਂ, ਚੱਕਰ ਜ਼ਿਆਦਾ ਉਹਨੇ, ਕਿਤੇ ਗੁਲਾ ਵੀ ਲੱਗ ਜਾਵੇ ਨਾ ਮਾੜਾ ਜਿਹਾ ਠੱਕ 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 ਐਂ ਲੱਗ ਜਾਂਦਾ ਬੋਲਣ। ਮੌਸਮ ਕੁੱਕਰ ਠੀਕ ਠਾਕ ਆ, ਉਹ ਸੁਪਰ ਸੀਟਰ ਕਰ ਲਿਆ ਚੱਕ ਕਿ ਨਹੀਂ, ਹੈ ਚਲਾ ਕੇ ਦੇਖ ਲਿਆ, ਘੈਂਟ ਬਣਾਉਂਦਾ ਗੱਲ ਪੂਰੀ, ਠੀਕ ਹੈ ਠੀਕ ਹੈ।
ਮੰਡੀਆਂ ਦਾ ਕਿਵੇਂ ਲੱਗਦਾ ਅੱਜ ਕੰਮ? ਹੁਣ ਮੰਡੀਆਂ ਦਾ ਢਿੱਲਾ ਹੀ ਹੈ ਕੰਮ ਜੇ ਦੇਖੋ। ਹਰਿਆਣੇ 'ਚ ਠੀਕ ਤਾਂ? ਹਰਿਆਣੇ 'ਚ ਵੀ ਆਈ ਕੁਛ 1500 ਨੂੰ ਵਿਕਦੀ ਆ। ਖਰੀਦ ਤਾਂ ਜੇ ਆਪਾਂ ਕਹੀਏ ਖਰੀਦ ਤਾਂ ਹੋਊਗੀ ਸ਼ੁਰੂ, ਉਹ ਤਾਂ ਜਣੀ ਆੜਤੀ ਦਾ ਆਪਣਾ ਮੱਲਾਂ ਦਾ ਕਮਿਸ਼ਨ ਦਾ ਰੋਲਾ। ਅਜੇ ਸੈਲਰਾਂ ਦਾ ਪਤਾ ਨਹੀਂ ਨਿਬੜਿਆ ਕਿ ਨਹੀਂ? ਉਹ ਸੈਲਰ ਤਾਂ ਆਪੇ ਸਾਰੇ ਸੁਬਹ ਤੋਂ ਸਾਰੇ ਸੈੱਟ ਹੋ ਜਾਣੇ ਜਿੱਦਣ ਕਮਿਸ਼ਨ ਵਾਲਾ ਰੋਲਾ ਚੱਕਿਆ ਗਿਆ। ਮੇਨ ਦਿੱਕਤ ਤਾਂ ਮੇਰੇ ਹਿਸਾਬ ਨਾਲ ਵੀ ਜਿੰਨੀ ਵੀ ਆਪਾਂ ਚਲੋ ਆਲੇ ਦੁਆਲੇ ਖਬਰਾਂ ਸੁਣਦੇ ਹਾਂ ਕੁਛ ਵੀ ਹੈ, ਮੇਨ ਦਿੱਕਤ ਉਹਦੀ ਪੈਂਦੀ। ਅਜੇ ਪੱਲੇਦਾਰਾਂ ਨੇ ਇਹ ਵਰਾਇਟੀ ਹੈ ਕਿਹੜਾ? ਚੱਲ ਬਾਸਮਤੀ ਵਰਾਇਟੀ ਹੈ ਜਾਣੀ ਤੇ ਇਹ ਵੀ ਮੰਡੀ 'ਚ ਹੈ। ਇਹ ਤਾਂ ਮੰਡੀ ਜਾਣੀ ਦੂਈ, ਇਹ ਤਾਂ ਉਹਦੇ ਤਰ੍ਹਾਂ ਹੈ ਮੋਟੀ, ਉਹ ਮੋਟੀ ਉਹ ਹੈ ਮੋਟੀ ਜੀ ਵੀ ਆ, ਕਿਉਂਕਿ ਤੁਹਾਡੇ ਬੜੀ ਯਾਰ ਆ ਪਹਿਲੀ ਵਾਰ ਵੱਢ ਰਹੇ ਹਾਂ ਬੜਾ ਪੁੱਟਿਆ ਕਦੀ ਸ਼ੁਰੂ ਕਿ ਨਹੀਂ ਕੰਮ ਹਲੋ ਨਾ ਹੈ ਅੱਛਾ ਕੱਲ੍ਹ ਵੀ ਉੱਧਰ ਨਹੀਂ ਸੀ ਅੱਛਾ ਠੀਕ ਹੈ ਪਹਿਲਾਂ ਨਰਮ ਪਾਇਆ ਸਾਡੇ ਤਾਂ ਸਾਡਾ ਰਾਤ ਵੀ ਪੈ ਗਿਆ ਮੀਂਹ ਸਾਡੇ ਪਿੰਡ ਰਾਤ ਚੰਗਾ ਪੈ ਲਿਆ ਉਹਦੇ ਘੱਟ ਆਇਆ ਆਇਆ ਜ਼ਰੂਰ ਆ ਬਾਈ ਕਹਿੰਦੇ ਵੀ ਪਰ ਧੁੱਪ ਪੈ ਜਾਂਦੀ ਪਹਿਲਾਂ ਤਾਂ ਐਂ ਹੋ ਗਿਆ ਤਾਂ ਲੈ ਵੀ ਆਪਣੀਆਂ ਬਿਜਲੀ ਦੀਆਂ ਵਿਛਾ ਦਿੰਦੀਆਂ ਸਾਡੀਆਂ ਪ੍ਰੈਸ ਕਰ ਦਿੰਦੀਆਂ ਚੱਲ ਖੈਰ ਬਾਕੀ ਜੋ ਕਰਨਾ ਹੈਗਾ ਬਈ ਉਹ ਤਾਂ ਮਿਲੇਗਾ ਜਿੰਨਾ ਇਹ ਲਾਲਚ ਕਰੀਏ ਵੀ ਕੋਈ ਵੱਢਣ ਦਾ ਬਹੁਤਾ ਬਚਦਾ ਬੱਚੇ ਜੀ ਬਚਣ ਵੱਢਣ ਦਾ ਨਹੀਂ ਸਾਨੂੰ ਮੇਨ ਐਂ ਹੁੰਦਾ ਵੀ ਚੱਲ ਫਸਲ ਸਾਂਭੀ ਜਾਵੇ ਆ ਵੀ ਚਾਚੇ ਨੂੰ ਸਮਝਾਇਆ ਪੂਰਾ ਵੀ ਤੈਂ ਕਾਹਲੀ ਨਹੀਂ ਕਰਨੀ ਜਮਾਂ ਟਕਾਈ 'ਚ ਚੱਲੀ ਜਾਣਾ ਚੱਕੀ ਉੱਪਰ ਨਿਕਲੇ ਹੀ ਫਿਰਦੀ ਆ ਨਾ ਹਲੇ ਸਮਝ ਕਿਲਾ ਪੂਰਾ ਵੱਢਿਆ ਨਹੀਂ ਗਿਆ ਦੋ ਟੈਂਕ ਉਹਦੇ ਕਿਹੜੇ ਕਿਹੜੀ ਮਸ਼ੀਨ ਦੀ ਅੱਛਾ ਚੈਨ ਵਾਲੀ ਦੇ ਉਹ ਫਿਰ ਇੰਨਾ ਕੇ ਕਰ ਚੈਨ ਵਾਲੀ ਦਾਣੇ ਨਿਕਲਦੇ ਅੱਛਾ ਸਮੱਸਿਆ ਆ ਵੀ ਬਹੁਤ ਚੱਕਰ ਚੈਨ ਵਾਲੀ ਪਾਸੋਂ ਬਰਾਸ ਚੱਲਦੀ ਸੀ ਜੇ ਸੀਪਾਂ ਹੀ ਬੰਦ ਹੋ ਜਾ ਕਰਨ ਲੀਵਰ ਨਾਲੇ ਆ ਉਹ ਉਹਨਾਂ ਤੇ ਚੜ੍ਹਾਈ ਹੋਣੀ ਪੂਰੀ ਹੁੰਦੀ ਦਾਣੇ ਦੀ ਇਹਨਾਂ ਦੇ ਆਇਆ ਚੱਲੇ ਬੇਸ਼ੱਕ ਖਾ ਖੱਦੂ ਖੜਾ ਪਾ ਦਿੰਦੀ ਨਾ ਨਾ ਉਹਨੇ ਨਹੀਂ ਪਲਟੀ ਜੂਗੀ ਬਹੁਤ ਕਹਿੰਦੇ ਨੇ ਮਸ਼ੀਨਾਂ ਚੇਂਜ ਕਰ ਲਓ ਪਰ ਬਈ ਸਾਡੇ ਲਈ ਐਨ ਮੈਂ ਕਹਿੰਦਾ ਪੂਰੀਆਂ ਧਮਾਕੇਦਾਰ ਆ ਕਹਿੰਦਾ ਉਹ ਜਾਂਦੀ ਇੱਕ ਰਿਤੋ ਲਓ ਬਈ ਹੁਣ ਨਾ ਹਰ ਇੱਕ ਤਰ੍ਹਾਂ ਦਾ ਟਰੈਕਟਰ ਸਾਨੂੰ ਮਿਲਦਾ ਕਿਉਂਕਿ ਹੁਣ ਹਰ ਇੱਕ ਤਰ੍ਹਾਂ ਦਾ ਟਰੈਕਟਰ ਜ਼ਿਮੀਦਾਰ ਦਾ ਕੋਈ ਜੌਂਡੀਅਰ ਕੋਈ ਹੌਲੈਂਡ ਸਾਰੇ ਤਰ੍ਹਾਂ ਦੇ ਚਲਾਉਣੇ ਅਸੀਂ ਸੈਡ ਗੇਅਰ ਇੱਥੇ ਹੁਣ ਮੈਨੂੰ ਲੱਗਦਾ ਮੀਡੀਅਮ ਦੋ ਵਾਰ ਹੁੰਦਾ ਹੋ ਗਿਆ ਇਹਦਾ ਆ ਇੱਥੇ ਹੁਣ ਮੀਡੀਅਮ ਪੈ ਗਿਆ ਕਿ ਹਾਈ ਪੈ ਗਿਆ ਆਵਾਜ਼ ਤਾਂ ਸੇਮ ਆ ਥੋੜ੍ਹਾ ਹੀ ਫਰਕ ਆ ਆਵਾਜ਼ ਦਾ ਆਵਾਜ਼ ਹਾਟ ਤਾਂ ਸੜਕ ਉਵੇਂ ਦੀ ਪੈਂਦਾ ਇੱਧਰ ਨੂੰ ਖੜਾ ਲਿਆ ਇਹ ਸਾਹ ਜੀ ਹੋਊਗੀ ਅੱਛਾ ਠੀਕ ਹੈ
44 ਟਰੈਕਟਰ ਤਕੜਾ ਹਲੇ ਲਓ ਜੀ। ਮੈਨੂੰ ਡੀਪਾ ਚਾ ਕਹਿੰਦਾ ਮੁੜ ਕੇ ਆਇਆ ਜੀ ਤੂੰ, ਮੈਂ ਮੁੜ ਕੇ ਚਾਚਾ ਮੈਨੂੰ ਕੰਮ ਪੈ ਗਏ ਦੇਖੇ ਹੁਣ ਤਾਂ ਮਾਸੇ ਲੱਗਦੇ ਆਇਓ ਕੱਲ ਨੂੰ ਆਹੀ ਭੇਜ ਦਾਂਗੀ ਮੈਂ ਕਹਿੰਦਾ ਕੱਲ ਨੂੰ ਚੱਲ ਦੇਖਦੇ ਨਹੀਂ ਫਿਰ ਸਵੇਰੇ ਕਿਵੇਂ ਮਾਹੌਲ ਜੀ। ਰਾਣੀ ਨੇ ਇਹ ਤਾਂ ਜਿੱਦਣ ਦੀ ਚੱਲਿਆ ਨਾ ਹਰਿਆਣੇ 'ਚ ਵੀ ਵਿਚਾਰੀ ਦਾ ਐਂ ਯੁੱਧ ਚੱਲ ਰਿਹਾ ਇਹਦਾ ਐਤਕੀ ਕਰੀ ਵੀ ਜੀ ਨਾਲੇ ਅਰਥ ਖੋਲਣਾ ਪੈਣਾ ਉਹਦਾ 17 ਦੀ ਚੱਕ ਲਿਆ ਚਾਬੀ ਠੀਕ ਰਹਿ ਦਿਨ ਦਿਖੇ ਨੀ ਮੈਨੂੰ ਮੁੜ ਕੇ ਤੂੰ ਨੀ ਦਿਖਿਆ ਮੈਂ ਕੱਲ ਜੋਗਾ ਵੀ ਕਰਿਆ ਚਾਚੇ ਨੂੰ ਬੁਲਾਉਣਾ ਪੈਣਾ ਦੁੱਧ ਨੂੰ ਇੱਕੋ ਘੇਰਾ ਕੱਲ ਜਾਵਾਂਗੇ ਬਰਾਸ ਲਿਆਂਦੀ ਸਵੇਰੇ ਨਾਲੇ ਉਹ ਮੰਗਾਉਣਾ ਉਹਦੀ ਡੀਜ਼ਲ ਪੈਪ ਮੰਗਾਉਣੀ ਇੱਕ ਦੂਈ ਕੋ ਮੈਂ ਦੀ ਪਿਛਲੀ ਵਾਰ ਜਿਹੜੀ ਚੇਂਜ ਹੋਈ ਸੀ ਨਾ ਕਰੀ ਸੀ ਉਹ ਪੱਟ ਕੀਤੀ ਉਹ ਇੱਕ ਅੱਛਾ ਹਾਂ ਉਹ ਚੇਂਜ ਕਰਾ ਦੇ ਉਹ ਅਜੀਬ ਕੰਬਦੀ ਬਹੁਤ ਆ ਉਹ ਕੰਬਦੀ ਜਾਂ ਤਾਂ ਉਹਦਾ ਰੀਜਨ ਨਹੀਂ ਚੱਲ ਲਿਆ ਕੇ ਰੱਖ ਲਾਂਗੇ ਹੋਰ ਆਪਣੇ ਕੋ ਸਪੇਅਰ ਵੀ ਨਹੀਂ ਹੈ ਕੋਈ ਭਾਈ ਲਿਆਂਦੀ ਵੀ ਤਾਂ ਪਈ ਆਪਣੇ ਕੋਲ ਸਪੇਅਰ ਹੋਰ ਪਤਾ ਨਹੀਂ ਫਿਰ ਮੈਂ ਅੱਗੇ ਧਿਆਨ ਨਹੀਂ ਤਾਂ ਮੈਂ ਚੱਲ ਪਿਛਲੀ ਵਾਰ ਆਪਾਂ ਪਾਈ ਸੀ ਚੱਲੀ ਤਾਂ ਗਈ ਐ ਤਾਂ ਉਹ ਵੀ ਪਈ ਆਪਣੇ ਕੋ ਲਿਆਂਦੀ ਤਾਂ ਪਈ ਆ ਠੀਕ ਹੈ ਹੋਰ ਮੈਂ ਜਿੱਦਣ ਦਾ ਕੰਮ ਸ਼ੁਰੂ ਹੋਇਆ ਕਰਮ ਵਾਲੀ ਗਿਰੀ ਵੀ ਪਈ ਲੈਣ ਦੇ ਸਵੇਰੇ ਫਿਰ ਇੱਥੋਂ ਹੀ ਚੱਲ ਪੈਣਾ ਕੰਮ ਹਾਂ ਜੜਾਂ ਦਾ ਕਰਤੀ ਅੱਜ ਸਣੀ ਐ ਸੁਧਰਾ ਕਰਤਾ ਕੰਮ ਸਿਪਾਂ ਦੀ ਸਫ਼ਰ ਨਹੀਂ ਕਰਾਂਗੇ ਸਫਾਈ ਦੇਖੋ ਸਟਾਫ ਆਕਰਾਂ ਪਰ ਵੀ ਮਾਲ ਪਿਆ ਥੋੜਾ ਥੋੜਾ ਸਵੇਰੇ ਸਾਰੇ ਸਾਫ਼ ਕਰਾਂਗੇ ਦੇਖੋ ਉੱਪਰ ਸਫਾਈ ਕਰਕੇ ਕੱਲ ਨੂੰ ਸੋਨੀ ਬਾਈ ਨੇ ਵੀ ਆ ਜਾਣਾ ਸਵੇਰੇ ਤੇ ਸੁਥਰਾ ਕੰਮ ਜਾਣੀ ਪਰਸੋਂ ਤੇ ਫਿਰ ਆਪਾਂ ਦੋ ਮਸ਼ੀਨਾਂ ਚਲਾਵਾਂਗੇ ਕੱਲ ਨੂੰ ਵੀ ਇੱਕ ਮਸ਼ੀਨ ਦਾ ਕੰਮ ਵਧੀਆ ਹੈਗਾ ਪੂਰਾ ਫੁੱਲ ਦੇਖਦੇ ਹਾਂ ਸਵੇਰੇ ਦੂਜੀ ਨੂੰ ਚਲਾਵਾਂਗੇ ਚਾਹੀਦਾ ਦੇਖਦੇ ਆਪਾਂ ਹਾਂ ਵੱਡੀ ਜੀਰੀ ਬਾਸਮਤੀ ਨਾ ਇਹ ਤਾਂ ਦੂਜੀ ਮੋਟੀ ਦੀ ਕੱਲ੍ਹ ਬਾਸਮਤੀ ਪਈ ਜੀ ਇਹਦੇ ਵਿੱਚ ਇੱਥੇ ਕੱਢੇ ਉਹਨੇ ਨਵਾਂ ਬੀਜ ਲਿਆ ਉਹਨੇ ਕੱਢਿਆ ਉਹਨੇ ਨਵਾਂ ਬੀਜ ਲਿਆ ਉਹਨੇ ਕੱਲ ਵਾਲੀ ਇੰਨੀ ਨੀ ਗਿਰੀ ਵਿਆਹ ਚ ਜਿਹੜੀ ਕੱਲ ਵੱਢਣੀ ਉਹ ਤਾਂ ਮਤਲਬ ਕਿਤੇ ਕਿਤੇ ਜੇ ਕੋਈ ਤੱਗੀ ਹੈ ਤੇਲੇ ਜੀ ਵਾਲੀ ਪਤਾ ਗੱਲ ਕਿਆ ਸੁਣ ਮੇਰੀ ਗੱਲ ਸੁੱਕਾ ਪਿਆ ਜਮਾ ਹੀ ਪਤਾ ਗੱਲ ਕਿਆ ਗੇੜਾ ਲੱਗ ਜਵੇ ਪਹਿਲਾਂ ਹਾਂ ਗੇੜਾ ਲੱਗ ਗਿਆ ਅੱਜ ਵਾਲੀ ਵੀ ਸਾਰੇ ਪਾਸੇ ਨੂੰ ਗਿੰਡੀ ਵਿੱਚ ਮੈਂ ਕਹਿੰਦਾ ਹਨਾ ਜੇ ਗੇੜਾ ਨਾ ਲੱਗੇ ਆਧ ਪ੍ਰਿੰਟਾ ਜਾ ਹੋ ਜਾਂਦਾ ਫੇਰ ਨਹੀਂ ਬੱਲੇ ਬੁੱਲੇ ਜੀ ਲੱਗ ਗਿਆ ਕਿ ਵਿੱਚ ਚਾਰ ਕੁ ਹੋ ਗਏ ਚਲ ਗਿਰੀ ਵੀ ਦੀ ਅੱਜ ਟਾਈਮ ਤਾਂ ਹੀ ਲੱਗ ਗਿਆ
ਮੈਨੂੰ ਠੀਕ ਲੱਗਾ ਕੰਮ। ਕਿਹੜਿਆਂ ਦਾ ਚ? ਇਹਨਾਂ ਦਾ, ਫਾਲਿਆਂ ਦਾ। ਇਹ ਫਾਲਿਆਂ ਚ ਮੋਡੀਫਿਕੇਸ਼ਨ ਹੋਈ ਆ ਥੋੜੀ ਜਿਹੀ। ਹਾਂ, ਪਾਰਟੀ ਦੱਸ, ਤੂੰ ਕੀ ਖਾਣਾ ਜਾਂ ਪੀਣਾ ਕੁਛ ਦੱਸ। ਪੀਤਾ ਮੈਂ ਲਿਆ। ਹਾਂ, ਹੁਣ ਤਾਂ ਯਾਰ ਆਪਣੇ ਪਿੰਡ ਸਾਲੇ ਬਰਕਰ ਜੇ ਵੀ ਨਹੀਂ ਬਣਦੇ, ਪਹਿਲਾਂ ਵਧੀਆ ਚੱਲੀ ਜਾਂਦੇ। ਕੱਲ ਵੀ ਆਪਾਂ ਦੂਈ ਰਾਣੀ ਨੂੰ ਲੈ ਕੇ ਚੱਲਣਾ ਆਪਾਂ ਨੇ, ਇਹਨੂੰ ਹਲੇ ਆਰਾਮ ਕਰਨ ਦੇ। ਇਹਨੇ ਫਿਰ ਬੜੀਆਂ ਬੜੀਆਂ 16-16 ਫੁੱਟੀਆਂ ਟਰਾਲੀਆਂ ਤੇ ਛੋਟੀ ਟਰਾਲੀ ਨੂੰ ਬਾਕੀ ਇਹਦਾ ਤਾਂ ਕੰਮ ਸਾਰਾ ਟਿੱਚ ਕਰਿਆ ਵਾ। ਕੱਲ ਨੂੰ ਪਹਿਲਾਂ ਤਾਂ ਸਲਾਹ ਇਹਦੀ ਹੋਤੀ ਵੀ ਸਵੇਰੇ ਹਲੇ ਕੁਛ ਨੀ ਪ੍ਰੋਗਰਾਮ ਦਾ ਪਤਾ, ਪਰ ਆਇਆ ਵੀ ਚੱਲ ਹੁਣ ਸੁਥਰੀ ਜੀ ਖੜੀ ਆ, ਹਲੇ ਮੁੜ ਕੇ 15 ਤੱਕ ਕੰਮ ਤੁਰਨਾ ਆਪਣਾ। ਨਹੀਂ ਪਰਸੋਂ ਨੂੰ ਖੜਨੀ ਕਿੱਥੇ ਆ, ਜੇ ਕੱਲ ਨੂੰ ਚੱਲੀ ਪਰਸੋਂ ਨੂੰ ਚੱਲੂਗੀ ਇਹ। ਟਰਾਲੀ ਨੇ ਵੀ ਬਹੁਤ ਟਾਈਮ ਖਾਧਾ, ਇਹਦੀਆਂ ਲਾਈਟਾਂ ਇੰਨੀਆਂ ਆਉਂਦੀਆਂ ਨਾ ਬਾਈ। ਉਹ ਪਤਾ ਕੀ ਚੱਕਰ ਪਿਆ ਸੁਣ ਲੈ, ਇਹਨੂੰ ਅਰਥ ਮਿਲਦਾ ਹੁੰਦਾ ਟਰੈਕਟਰ ਪੱਤੇ, ਟਰੈਕਟਰ ਦੀ ਹੁੱਕ ਨੂੰ ਲੱਗੇ ਵਾ ਤਾਂ ਗਰੀਸ, ਉਹ ਸਾਲੀ ਅਰਥ ਨਾ ਫੜੇ ਗਰੀਸ ਕਰਕੇ ਟਰੈਕਟਰ ਬਦਲਿਆ, ਫਿਰ ਡਰਾਵਰ ਲਾਈ ਨਾਲ, ਫਿਰ ਅਰਥ ਫੜਿਆ ਇਹਨੇ, ਫਿਰ ਦੇਖਿਆ ਸਾਰੀ ਲਾਈਟਾਂ ਮਾਰੇ ਦੇੜ ਦੇੜ, ਇਹਦੀ ਜਾਲੀ ਚੇਂਜ ਕਰੀਏ। ਹਾਂ, ਫਰੰਟ ਠੀਕ ਹੈ, ਪਿੱਛੇ ਪਿੱਛੇ ਵਾਲੀ ਨਵੀਂ ਲਾਤੀ, ਸਾਈਡਾਂ ਦੋਵੇਂ ਬਦਲਤੀਆਂ, ਸਾਈਡਾਂ ਵਾਲੀ ਹੈਵੀ ਲਾਈ ਆ ਬਹੁਤ, ਹੁਣ ਪਹਿਲਾਂ ਨਹੀਂ ਲਾਉਣਾ, ਨਹੀਂ ਮੂਹਰੇ ਵਾਲੀ ਤਾਂ ਫਿਰ ਅੱਛਾ, ਇਹਦੇ ਪਰ ਕਿਹੜੇ ਲੋਡ ਪੈਂਦਾ ਕੋਈ, ਇਹ ਠੀਕ ਸੀ ਸਾਈਡਾਂ ਵਾਲੀ, ਪਰ ਥੋੜ੍ਹਾ ਜਿਹਾ ਹੋਇਆ ਪਤਾ, ਦੂਈ ਲਊਗੀ ਹਲੇ ਹਫਤਾ, ਹਫਤੇ ਤੋਂ ਵੱਧ 7-8 ਦਿਨ ਲਊਗੀ, ਹੈਂ ਹਫਤੇ ਤੱਕ ਆ, ਹਾਂ ਹਫਤੇ ਤੱਕ ਆਊਗੀ। ਬਸ ਠੀਕ ਹੈ, ਚਲੋ ਠੀਕ ਹੈ ਜੀ, ਬਾਕੀ ਬਹੁਤ ਬਹੁਤ ਮਿਹਰਬਾਨੀ। ਸੋ ਮਿਲਦੇ ਹਾਂ ਜੀ ਅਗਲੇ ਬਲੌਗ 'ਚ, ਕੱਲ੍ਹ ਨੂੰ ਵੱਢਾਂਗੇ 121 PR 121, ਸਾਲੇ ਬੀਜ ਦੇ ਬਹੁਤ ਹੈ, ਬੀਜ ਪਤਾ ਨਹੀਂ ਕਿਹੜਾ ਕਿਹੜਾ, 73-01 ਤਾਂ ਇਹ, 73-01 ਤਾਂ ਬਿਲਕੁਲ ਬਿਲਕੁਲ, ਹਰੇਕ ਸਾਲ 40 ਵੀ ਨੀ ਆ ਸਕਦਾ, ਆਪਾਂ ਕਹਿੰਦੇ ਵੀ ਐਤਕੀ ਵੀ 40 ਆਊਗਾ, ਘੱਟ ਵੀ ਸਕਦਾ ਵੱਧ ਵੀ ਸਕਦਾ, ਉਹ ਪਰਮਾਤਮਾ ਦੇ ਹੱਥਾਂ ਜਿਹੜੀ ਗੱਲ ਆ, ਬੜਾ ਝੋਰੇ ਜੇ ਚ ਬੈਠਾ ਯਾਰ, ਕੀ ਚੱਕਰ ਆ, ਠੀਕ ਨੀ ਮੂਡ ਤੇਰਾ, ਕੱਜ ਬੁਲਟ ਆਲੇ ਨੇ ਕਣਤਾ ਲਿਆ, ਕੱਲ ਨੂੰ ਰੀਲ ਚ ਪਾਉਣਾ ਤੇਰਾ ਨੰਬਰ, ਥੋੜਾ ਜਿਹਾ ਐਕਟਿਵ ਜਿਹਾ ਕਰਦੇ, ਇਹਨੂੰ ਬੁਲਟ ਵਾਲਾ ਨਿਕਲਦਾ ਵਾ, ਇਹ ਭੁੱਲ ਜਾਂਦਾ ਕਿਹਦੇ ਨਾਲ ਗੱਲ ਚੱਲਦੀ ਕਿਹਦੇ ਨਾਲ ਨਹੀਂ, ਕਹਿੰਦਾ ਭਾਈ ਆਪਣੀ ਤਾਂ ਕੋਈ ਗੱਲ ਹੀ ਨਹੀਂ ਤੀ, ਉਹ ਕਹਿੰਦਾ ਯਾਰ ਤੂੰ ਮੈਨੂੰ ਕਿਹਾ ਤਾਂ ਵੀ ਮਾਸੀ ਦੇ ਮੁੰਡੇ ਨੂੰ ਪੁੱਛੇ ਦਾਦਾ, ਉਹ ਇਹ ਤਾਂ ਸੌਦਾ ਵੀ ਨਹੀਂ ਕਰਾ ਸਕਦਾ, ਇਹ ਮਾੜਾ ਦਲਾਲ ਹੈ, ਹਾਂ ਹੋਰ ਕਿਆ, ਉਲਝ ਜਾਂਦਾ ਬੋਂਦਲ ਜਾਂਦਾ ਫੋਨ, ਇਹਨੇ ਕਈਆਂ ਨੂੰ ਲਾਰਾ ਲਾਤਾ ਇਹਨੇ, ਕਹਿੰਦਾ ਤੁਹਾਨੂੰ ਸ਼ਾਮ ਨੂੰ ਫੋਟੋ ਪਾਉਣਾ, ਸ਼ਾਮ ਨੂੰ ਕਿਸੇ ਨੇ ਫੋਟੋ ਨਹੀਂ ਪਾਈ ਇਹਨੇ, ਨਾ ਸ਼ਾਮ ਨੂੰ ਫੋਟੋ ਤਾਂ ਪਾਉਂਦਾ ਤਾਂ ਜੇ ਠੀਕ ਹੁੰਦਾ, ਠੀਕ ਹੈ, ਸਾਰੀ ਦਿਹਾੜੀ ਤਾਂ ਸਪਰੇ ਕਰਦਾ ਰਿਹਾ ਮੇਰਾ ਪੁੱਤ, ਕਹਿੰਦਾ ਨਹੀਂ ਨਹੀਂ ਪਿੱਛੇ ਰੱਖਿਆ ਆਪਾਂ ਮੂਹਰੇ, ਲੋੜ ਤਾਂ ਨਹੀਂ ਪਾਇਆ, ਲੋੜ ਕਈ ਲੋੜ ਆਪੇ ਪਵਾਉਂਦਾ, ਕਹਿੰਦਾ ਲਿਆ ਫਿਰ ਜੀ ਮੈਂ ਫੜਾ ਪੈਪ ਫੜ ਕੇ ਆ ਜਾਂਦੀ, ਫਿਰ ਗਾਂ ਛੱਬੀ ਤੁਰਨੀ ਹੁੰਦਾ, ਫਿਰ ਔਖਾ ਹੋ ਜਾਂਦਾ, ਫਿਰ ਔਖਾ, ਕਈ ਵਾਰੀ ਇੱਕ ਹੋਰ ਆ, ਕਈ ਵਾਰੀ ਇਹਦੀ ਕਿਸਮਤ ਇਹੀ ਹੁੰਦੀ ਆ, ਕਹਿ ਦਿੰਦਾ ਵੀਰ ਜੀ ਹੁਣ ਮੈਂ ਕਰੂੰਗਾ, ਮੈਂ ਕਰੂੰਗਾ, ਗਾਂ ਸਾਡਾ ਖੇਤ ਗਿੱਲਾ ਆ ਜਾਂਦਾ, ਗਿੱਲਾ ਆ ਜਾਂਦਾ, ਕਹਿੰਦਾ ਚਾਚੇ ਛੱਡ ਦੇ ਪੈਪ, ਮੈਂ ਕਿਵੇਂ ਛੱਡਾਂ ਪੈਪ, ਚੱਲ ਕੋਈ ਗੱਲ ਵੀ ਕੱਢਦਾ ਚੱਲੀ ਜਾਂਦਾ, ਗਿੱਚ ਤੜੂ ਕਰੀ ਜਾਂਦਾ, ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ।
ਮਿਲਦੇ ਹਾਂ ਜੀ ਅਗਲੇ ਬਲੌਗ 'ਚ। ਹੁਣ ਭਰਾਂਗੇ 16-16 ਫੁੱਟੀਆਂ। ਰੱਬ ਨੇ ਭਰਤੀ ਦੀ ਰਾਤ ਤਾਂ 16-16 ਫੁੱਟੀਆਂ, ਰੱਬ ਨੇ ਤਾਂ ਟੀਸੀ ਕਢਾ ਦਿੱਤੀ। ਹਾਂ ਰਾਤ ਤਾਂ ਸਾਲਾ ਐਂ ਹੋ ਗਿਆ ਤਾਂ ਮੰਨ ਲਿਆ ਵੀ ਹੁਣ ਕੁਛ ਵੀ ਨਹੀਂ ਹੈ। ਚਾਚਾ ਥੋੜੇ ਜਿਹੇ ਗੇਲ ਤੇ ਪਾਈ ਜਾਂਦਾ ਜੇ ਮੜ ਜੇ ਗੇਲ ਤੇ ਕਰਦੇ। 30 ਤਰੀਕ ਦੀ ਨਹੀਂ ਹੈ ਦਿਵਾਲੀ, ਹੈ ਕੀ ਕਹਿੰਦਾ ਮੈਂ ਡਿੰਪਾ ਚਾ ਗੇਲ ਤੇ ਪਾਈ ਜਾਂਦਾ ਤੇ ਗੇਲ ਤੇ ਨਿਊਟਰਲ ਕਰ ਦਿੰਦਾ, ਪਤਾ ਨਹੀਂ ਉਹ ਗੇਲ ਮੋਟਰ ਹੈ ਤਾਂ ਗੇਲ ਤੇ ਫਸ ਜਾਂਦਾ ਇਹਦਾ ਨਿਊਟਰਲ ਜਾ ਕਰਦੇ ਮੜ ਜੇ ਇਹਨੂੰ। ਮੈਂ ਫਿਰ ਉਹੀ ਵੀਡੀਓ ਦਿਖਾ ਦਿੰਦਾ ਸਾਰਿਆਂ ਨੂੰ ਕਿਹੜੀ ਤੇਰੇ ਨਾਲ ਇਹ ਫੁੱਦੂ ਗੱਲਾਂ। ਤਾਂ ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ। ਠੀਕ ਹੈ, ਇਹਦੇ ਤਾਂ ਹੀ ਨਹੀਂ ਜੀ ਲੱਗਦਾ ਜਦੋਂ ਝਗੜਾ ਹੁੰਦਾ। ਹਾਂ।